ਵਾਟ ਪੁੱਛੀ ਅਜੇ ਪਰ ਸਿਰ ਮੇਰੀ ਨਹੀਂ ਲੱਗੀ ਨਾ ਬੱਚਿਆਂ ਦੀ ਲੱਗੀ ਹੁਣ ਪਾਣੀ ਫਿਰ ਆ ਗਿਆ ਹਾਂਜੀ ਹੁਣ ਜੇ ਲਗਾਤਾਰ ਪਾਣੀ ਵੱਧ ਰਿਹਾ ਤੇ ਕਿੱਦਾਂ ਫਿਰ ਆਪਦਾ ਬਚਾਅ ਕਿੱਦਾਂ ਕਰੋਗੇ ਛੱਤਾਂ ਤੇ ਚੜਾਂਗੇ ਛੱਤਾਂ ਤੇ ਕੋਠਿਆਂ ਤੇ ਬੈਠਾਂਗੇ ਅਸੀਂ ਪਿਛਲੇ ਸਾਲ ਵੀ ਸਿੱਧਾ ਹੀ ਗੁਜ਼ਾਰਾ ਟਾਈਮ ਪਾਸ ਕੀਤਾ ਆ ਫਿਰ ਅਸੀਂ ਚਲੇ ਗਏ ਜਲਾਲਾਬਾਦ ਮੇਰੇ ਪੇਕੇ ਆ ਉੱਥੇ ਚਲੇ ਗਏ ਬੱਚਿਆਂ ਨੂੰ ਜ਼ਮੀਨਾਂ ਡੇਢ ਰੱਖਿਆ ਸੀਗਾ ਹੁਣ ਸਵੇਰ ਦਾ ਕੋਈ ਇੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ ਕੋਈ ਨਹੀਂ ਆਇਆ ਕਿਸੇ ਕੋਈ ਨਹੀਂ ਸਾਡੀ ਸਹੂਲਤ ਕੀਤੀ ਸਾਨੂੰ ਪਿਛਲੀ ਵਾਰ ਕੁਛ ਨਹੀਂ ਮਿਲਾ ਬੱਚਿਆਂ ਨੂੰ ਮੈਨੂੰ ਕੋਈ ਕਿਸੇ ਮੇਰੀ ਸਹਾਇਤਾ ਨਹੀਂ ਕੀਤੀ ਹਾਂਜੀ ਮੰਗ ਕੀ ਕਰਦੇ ਹੋ ਮੇਰੇ ਬੱਚਿਆਂ ਬਾਰੇ ਮੇਰੇ ਬਾਰੇ ਕੁਛ ਸੋਚਿਆ ਜਾਵੇ ਫਸਲ ਡੁੱਬੇ ਜਾਂਦੇ ਨੂੰ ਕਦੇ ਮਾੜੇ ਮੋਟੇ ਹੋਏ ਨੂੰ ਹੁਣ ਮੱਝਾਂ ਦੇ ਪੱਠੇ ਡੁੱਬ ਗਏ ਪਰ ਤੂੜੀ ਲੈ ਤੇ ਤੂੜੀ ਮੱਝਾਂ ਹੀ ਲੁੜ ਗਈਆਂ ਮੁੜ ਮਾਸੇ ਵਾਲੀਆਂ ਫਿਰ ਐਵੇਂ ਹੋਈ ਹੁਣ ਉਹ ਗੱਲ ਕਿੱਥੇ ਮੁੱਲ ਲਏ ਤੇ ਖਵਾਈਏ ਡੰਗਰਾਂ ਨੂੰ ਵੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋ ਪੰਜਾਬ ਟੀਵੀ ਤੇ ਮੈਂ ਹਾਂ ਪਰਮਜੀਤ ਸਖਾਣਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖੁੰਦਰ ਗੱਟੀ ਵਿਖੇ ਸਤਲੁਜ ਦਾ ਪਾਣੀ ਜਿਹੜਾ ਉਹ ਓਵਰਫਲੋ ਹੋ ਗਿਆ ਕਈ ਏਕੜ ਫਸਲ ਜਿਹੜੀ ਹੈ ਝੋਨੇ ਦੀ ਉਹ ਸਤਲੁਜ ਦੇ ਪਾਣੀ ਕਾਰਨ ਡੁੱਬ ਚੁੱਕੀ ਹੈ ਘਰਾਂ ਤੱਕ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਇਹ ਤਸਵੀਰਾਂ ਰਾਤ ਦੀਆਂ ਹਨ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਮੌਕੇ ਤੋਂ ਗਰਾਊਂਡ ਜ਼ੀਰੋ ਤੋਂ ਜਿਹੜੀ ਰਿਪੋਰਟ ਹੈ ਉਹ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਿਰੋਜ਼ਪੁਰ ਦੇ ਪਿੰਡ ਖੁੰਦਰ ਗੱਟੀ ਦੀਆਂ ਹਨ ਦੂਰ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਸਤਲੁਜ ਦਾ ਪਾਣੀ ਹੀ ਪਾਣੀ ਜਿਹੜਾ ਉਹ ਨਜ਼ਰ ਆ ਰਿਹਾ ਲਗਾਤਾਰ ਹੀ ਸਤਲੁਜ ਦਾ ਪਾਣੀ ਜਿਹੜਾ ਉਹ ਵੱਧਦਾ ਜਾ ਰਿਹਾ ਤਾਂ ਤਸਵੀਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਕਿ ਸਤਲੁਜ ਦਰਿਆ ਦਾ ਪਾਣੀ ਲਗਾਤਾਰ ਹੀ ਵੱਧਦਾ ਜਾ ਰਿਹਾ ਕਿਸਾਨਾਂ ਦੀ ਕਈ ਏਕੜ ਫਸਲ ਜਿਹੜੀ ਹੈ ਉਹ ਪਾਣੀ ਵਿੱਚ ਡੁੱਬ ਚੁੱਕੀ ਹੈ ਅਤੇ ਹੁਣ ਪਾਣੀ ਜਿਹੜਾ ਉਹ ਘਰਾਂ ਤੱਕ ਪਹੁੰਚ ਚੁੱਕਿਆ ਅਤੇ ਲੋਕਾਂ ਨੂੰ ਡਰ ਜਿਹੜਾ ਉਹ ਸਤਾ ਰਿਹਾ ਤਾਂ ਗੱਲਬਾਤ ਵੀ ਕਰ ਲੈਂਦੇ ਹਾਂ ਸਾਡੇ ਨਾਲ ਪਿੰਡ ਵਾਸੀ ਮੌਜੂਦ ਆ ਮਾਤਾ ਜੀ ਨਾਮ ਕੀ ਹੈ ਤੁਹਾਡਾ ਮਿੱਤਰਮ ਬਾਈ ਕਦੋਂ ਦਾ ਪਾਣੀ ਆਇਆ ਹੋਇਆ ਜੀ ਇੱਥੇ ਕੱਲ੍ਹ ਦਾ ਆ ਗਿਆ ਪਿਛਲੇ ਸਾਲ ਵੀ ਏਦਾਂ ਦੋਨਾਂ ਲਾਂਦੇ ਗੁੱਟੀਆਂ ਦੀ ਉਹ ਵੀ ਪਈਆਂ ਲੁੜ ਗਈਆਂ ਅਸੀਂ ਕਾਰਨ ਫਸ ਜਾਏ ਫਿਰ ਪਾਣੀ ਜ਼ਿਆਦਾ ਹੀ ਆ ਚੁੱਕਾ ਵੀ ਬੱਚਿਆਂ ਨੂੰ ਜਾ ਕੇ ਸੰਭਾਲੀਏ ਕੀ ਪਤਾ ਲੱਗਦਾ ਬੱਚਿਆਂ ਦਾ ਬੱਚਿਆਂ ਦਾ ਆ ਮੋਢੇ ਪਾਣੀ ਹੈ ਬੱਚੇ ਭੱਜ ਕੇ ਵੜ ਜਾਂਦੇ ਡੁੱਬ ਵੀ ਸਕਦੇ ਨੇ ਬੱਚੇ ਆਹ ਚਾਰ ਪੰਜ ਬੱਚੇ ਆ ਖੜੇ ਆਹ ਖੜੇ ਆਹ ਮੇਰੇ ਬੱਚੇ ਪੋਤਰੇ ਪੋਤਰੀਆਂ ਅਸੀਂ ਪਿਛਲੇ ਸਾਲ ਵੀ ਐਵੇਂ ਡੁੱਬ ਗਏ ਲੁੜ ਗਏ ਕੋਈ ਸਾਨੂੰ ਕੁਛ ਨੀ ਮਿਲਿਆ ਨੁਕਸਾਨ ਬੜਾ ਹੀ ਹੋਇਆ ਕਮਰਾ ਡਿੱਗ ਪਿਆ ਇੱਟਾਂ ਜੀ ਉਹੀ ਦਿਸਦੇ ਪਈਆਂ ਸਾਥ ਬਣਾ ਹੀ ਨੀ ਗਿਆ ਗਰੀਬਾਂ ਤੋਂ ਬਾਣਾ ਆਇਆ ਹੀ ਨੀ ਗਿਆ ਤੇ ਅਸੀਂ ਬਹੁਤ ਔਖੇ ਹਾਂ ਹੁਣ ਤਾਂ ਸਾਡੇ ਬੜੇ ਦਿਮਾਗ ਮਾਰ ਜਾਈਏ ਕਿਸੇ ਨੇ ਵਾਟ ਪੁੱਛਣੀ ਤੇ ਹੁਣ ਮਾਤਾ ਜੀ ਪਾਣੀ ਲਗਾਤਾਰ ਹੀ ਜਿਹੜਾ ਵੱਧਦਾ ਜਾ ਰਿਹਾ ਜੇ ਰਾਤ ਨੂੰ ਪਾਣੀ ਵੱਧ ਗਿਆ ਤਾਂ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਇੱਥੇ ਕੋਈ ਅਫਸਰ ਆਇਆ ਹੁਣ ਤੱਕ ਕੋਈ ਨਹੀਂ ਆਇਆ ਇੱਥੇ ਕਿਸੇ ਵਾਟ ਹੀ ਉੱਥੋਂ ਵੀ ਨਾ ਕੋਈ ਆ ਹੀ ਨਹੀਂ ਸਕਦਾ ਕੋਈ ਨਹੀਂ ਆਇਆ ਸਾਲ ਹੋ ਗਏ ਮੁੰਡਾ ਮੁੱਕਾ ਹੈ ਪਿਲਸਣ ਨਹੀਂ ਆ ਬੱਚਿਆਂ ਦੇ ਕਿਸੇ ਗੱਲ ਸਾਡੀ ਗੋਲੀ ਨਹੀਂ ਬਾਹਲੀ ਗਰੀਬੀ ਸਾਨੂੰ ਹੁਣ ਵਲ ਗਈ ਹੈ ਅਸੀਂ ਬੜੇ ਦੁਖੀ ਹੋ ਗਏ ਹਾਂ ਰਹਿੰਦੇ ਫਸਲ ਡੁੱਬੇ ਜਾਂਦੇ ਨੂੰ ਕਿਹੜੇ ਮਾੜੇ ਮੋਟੇ ਹੋਏ ਨੂੰ ਹੁਣ ਮੱਝਾਂ ਦੇ ਪੱਠੇ ਡੁੱਬ ਗਏ ਪਰ ਤੂੜੀ ਲੈ ਤੇ ਤੂੜੀ ਮੱਝਾਂ ਹੀ ਲੁੜ ਗਈਆਂ ਮੁੜ ਮਾਸੇ ਵਾਲੀਆਂ ਫਿਰ ਐਵੇਂ ਹੋਈ ਹੁਣ ਉਹ ਗੱਲ ਕਿੱਥੇ ਮੁੱਲ ਲਏ ਤੇ ਖਵਾਈਏ ਡੰਗਰਾਂ ਨੂੰ ਵੀ ਮੱਝਾਂ ਕਿੱਥੇ ਕੱਢ ਕੇ ਲਿਜਾਈਏ ਬਾਹਰ ਤੇ ਪਿੰਡਾਂ ਚ ਅੱਜ ਕੱਲ ਤੁਹਾਨੂੰ ਪਤਾ ਸਿਆਣੇ ਵਿਆਣੇ ਚ ਕੋਈ ਖਲੋਣ ਨੀ ਦਿੰਦਾ ਪੁਰਾਣਾ ਇੱਕ ਦਿਨ ਦਿੰਦਾ ਦੂਜੇ ਦਿਨ ਕੋਈ ਖਲੋਣ ਹੀ ਨਹੀਂ ਦਿੰਦਾ ਤੇ ਇੰਨੇ ਬਾਲ ਬੱਚੇ ਲਏ ਤੇ ਕਿੱਥੇ ਜਾਈਏ ਕਿੰਨਾ ਕਰੇ ਜਾਈਏ ਕੋਈ ਆਪੋ ਮਸੇ ਕਰਦਾ ਗੁਜ਼ਾਰਾ
ਸਾਡੇ ਨਾਲ ਹੋਰ ਵੀ ਲੋਕ ਮੌਜੂਦ ਆ ਵੀਰ, ਕੀ ਨਾਮ ਹੈ ਤੁਹਾਡਾ? ਜਸਵਿੰਦਰ ਸਿੰਘ। ਜਸਵਿੰਦਰ ਸਿੰਘ ਜੀ, ਪਾਣੀ ਦੀ ਗੱਲ ਕਰੀਏ ਤਾਂ ਕਿੰਨੇ ਕਿੰਨੇ ਫੁੱਟ ਹੋਊਗਾ ਪਾਣੀ ਇਹ? ਇਹ ਹੁਣ ਹੈਗਾ 3-3 ਫੁੱਟ ਦਾ। 3-3 ਫੁੱਟ? ਹਾਂਜੀ, ਪਿੱਛੇ ਜ਼ਿਆਦਾ, ਪਿੱਛੇ ਹੈਗਾ 4-5 ਫੁੱਟ ਦਾ। ਹਜੇ ਵੀ ਵੱਧ ਰਿਹਾ ਜੇ? 3-3 ਫੁੱਟ ਹੈ, ਵਧੀ ਜਾਂਦਾ ਪਾਣੀ ਇਹ। ਹੁਣ ਘਰਾਂ ਤੱਕ ਪਾਣੀ ਲੱਗ ਗਿਆ, ਕੋਈ ਬਚਾਅ ਕਰਨ ਲਈ ਕੋਈ ਕੀਤੇ ਆ ਪ੍ਰਬੰਧ? ਪ੍ਰਬੰਧ ਕੀ, ਕੁਛ ਨੀ ਹੋਇਆ, ਦੇਖਭਾਲ ਕਰਨੀ ਪੈਣੀ, ਰਾਤ ਸਾਰੀ ਵੇਖਣਾ ਪੈਣਾ ਵੀ ਕੀ ਬਣਦਾ ਕੀ ਨਹੀਂ ਬਣਦਾ। ਉਸ ਵਕਤ ਮੱਝਾਂ ਡੰਗਰ ਛੱਡਣੇ ਪੈਣੇ, ਬੱਚਿਆਂ ਨੂੰ ਕਮਰਿਆਂ ਦੇ ਉੱਤੇ ਛੱਡਣਾ ਪਏ। ਕੋਈ ਵੀ ਨਹੀਂ ਆਇਆ ਸਵੇਰ ਦਾ, ਕੋਈ ਨਹੀਂ ਆਇਆ ਵਿਭਾਗ ਦਾ, ਕੋਈ ਅਧਿਕਾਰੀ ਵੀ ਨਹੀਂ ਆਇਆ? ਨਾ, ਕੋਈ ਵੀ ਨਹੀਂ ਆਇਆ, ਪ੍ਰਸ਼ਾਸਨ ਕੋਈ ਨਹੀਂ ਆਇਆ, ਨਾ ਕੁਛ ਨਹੀਂ ਆਇਆ, ਕੋਈ ਨਹੀਂ ਆਇਆ ਮੰਤਰੀ ਚੋਂ। ਜੇ ਫਸਲ ਦੀ ਗੱਲ ਕਰੀਏ ਤਾਂ ਕਿੰਨੀ ਕੁ ਫਸਲ ਜਿਹੜੀ ਡੁੱਬ ਚੁੱਕੀ ਹੈ? ਫਸਲਾਂ ਤਾਂ ਬਹੁਤ ਵਿੜ ਗਿਆ, ਤੁਹਾਡੇ ਸਾਹਮਣੇ ਹੀ ਹੈ, ਤੁਸੀਂ ਵੇਖ ਸਕਦੇ ਹੋ, ਬਹੁਤ ਡੁੱਬ ਗਈ। ਝੋਨਾ ਲਾਇਆ ਵਿੱਚ, ਲਾਉਂਦੇ ਵਿੱਚ ਗੁੱਟੀਆਂ ਪਾਣੀ ਆ ਗਿਆ, ਜੱਕਦਮ ਵਿੱਚ ਛੱਡ ਕੇ ਭੱਜੇ ਸੀ, ਤੇ ਕਈ ਜਿਹੜਾ ਲੱਗਿਆ ਸੀ, ਦਵਾਈਆਂ ਪੈ ਗਏ ਸੀ, ਉਹ ਸਭ ਡੁੱਬ ਗਿਆ ਵਿਚਾਰੇ। ਨੁਕਸਾਨ ਦੀ ਗੱਲ ਕਰੀਏ ਤਾਂ ਕਿੰਨਾ ਕੁ ਨੁਕਸਾਨ ਜਿਹੜਾ ਹੋ ਚੁੱਕਿਆ? ਨੁਕਸਾਨ ਬਹੁਤ ਹੋ ਚੁੱਕਾ, ਹੁਣ ਮੈਂ ਕੀ ਕਹਾਂ, ਸਭ ਕੁਛ ਜਿਨ੍ਹਾਂ ਦੇ ਮੱਕੀਆਂ ਮੁੱਕੀਆਂ ਸੀ ਵਿਚਾਰਿਆਂ ਦੇ, ਉਹਨਾਂ ਦੀ ਗਰੀਬ ਬੰਦੇ ਡੁੱਬ ਗਈਆਂ, ਵਿੱਚ ਛੱਲੀਆਂ ਖੜੀ ਨੇ ਤੋੜਨ ਵਾਲੀਆਂ, ਸਭ ਕੁਛ ਡੁੱਬ ਗਿਆ ਉਹਨਾਂ ਦਾ ਵਿਚਾਰਿਆਂ, ਸੱਤਿਆਨਾਥ ਹੋ ਗਿਆ। ਪਿਛਲੀ ਖਰੀ ਕਣਕ ਨਹੀਂ ਬੀਜੀਚੀ, ਕਣਕ ਵੀ ਬੀਜੀਚੀ, ਉਹਨਾਂ ਕਹੇ ਛੱਲੀ ਬੀਜ ਦੇਣ, ਛੱਲੀਆਂ ਹੋਈਆਂ ਸੀ, ਉਹ ਹੁਣ ਇਸ ਟਾਈਮ ਉਹ ਵੱਢੀਆਂ ਨਹੀਂ ਗਈਆਂ, ਪਾਣੀ ਆ ਕੇ ਜਾਕਦਮ ਤੇ ਉਹ ਵੱਢਿਆ ਗਿਆ, ਟੁੱਟ ਗਿਆ, ਸਭ ਕੁਛ ਨਾਸ਼ ਹੋ ਗਿਆ। ਮੇਰੇ 3 ਬੇਟੀਆਂ, ਇੱਕ ਬੇਟਾ ਆ, ਮੇਰੇ ਪਿਛਲੇ ਸਾਲ ਇਸ ਵੇਲੇ ਡੈਥ ਹੋ ਗਈ ਆ ਪਾਣੀ ਆਉਣ ਕਾਰਨ। ਹਾਂਜੀ, ਬਹੁਤ ਗਰੀਬੀ ਆ ਮੇਰੇ ਕੋਲ, ਬਹੁਤ ਵਾਟ ਪੁੱਛੀ, ਅਜੇ ਪਿਲਸ ਮੇਰੀ ਨਹੀਂ ਲੱਗੀ, ਨਾ ਬੱਚਿਆਂ ਦੀ ਲੱਗੀ। ਹੁਣ ਪਾਣੀ ਫਿਰ ਆ ਗਿਆ? ਹਾਂਜੀ, ਹੁਣ ਜੇ ਲਗਾਤਾਰ ਪਾਣੀ ਵੱਧ ਰਿਹਾ ਤੇ ਕਿੱਦਾਂ ਫਿਰ ਆਪਦਾ ਬਚਾਅ ਕਿੱਦਾਂ ਕਰੋਗੇ? ਛੱਤਾਂ ਤੇ ਚੜਾਂਗੇ, ਛੱਤਾਂ ਤੇ, ਕੋਠੇ ਤੇ ਬੈਠਾਂਗੇ ਅਸੀਂ। ਪਿਛਲੇ ਸਾਲ ਵੀ ਸਿੱਧਾ ਹੀ ਗੁਜ਼ਾਰਾ, ਟਾਈਮ ਪਾਸ ਕੀਤਾ ਆ, ਫਿਰ ਅਸੀਂ ਚਲੇ ਗਏ ਜਲਾਲਾਬਾਦ ਮੇਰੇ ਪੇਕੇ ਆ, ਉੱਥੇ ਚਲੇ ਗਏ, ਬੱਚਿਆਂ ਨੂੰ ਜ਼ਮੀਨਾਂ ਡੇਢ ਰੱਖਿਆ ਸੀਗਾ। ਹੁਣ ਸਵੇਰ ਦਾ ਕੋਈ ਇੱਥੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਆਇਆ? ਕੋਈ ਨਹੀਂ ਆਇਆ, ਕੋਈ ਨਹੀਂ ਆਇਆ, ਕਿਸੇ ਕੋਈ ਨਹੀਂ ਸਾਡੀ ਸਹੂਲਤ ਕੀਤੀ ਸਾਨੂੰ, ਪਿਛਲੀ ਵਾਰ ਕੁਛ ਨਹੀਂ ਮਿਲਾ ਬੱਚਿਆਂ ਨੂੰ, ਮੈਨੂੰ ਕੋਈ ਕਿਸੇ ਮੇਰੀ ਸਹਾਇਤਾ ਨਹੀਂ ਕੀਤੀ। ਫਿਰੋਜ਼ਪੁਰ ਦੇ ਸਰਹੱਦੀ ਪਿੰਡ ਖੁੰਦਰ ਗੱਟੀ ਵਿਖੇ ਮੌਜੂਦ ਆ, ਜਿੱਥੇ ਸਤਲੁਜ ਦਾ ਪਾਣੀ ਓਵਰਫਲੋ ਹੋ ਕੇ ਪਿੰਡ ਤੱਕ ਪਹੁੰਚ ਚੁੱਕਿਆ, ਘਰਾਂ ਦੀਆਂ ਨੀਹਾਂ ਤੱਕ ਪਾਣੀ ਜਿਹੜਾ ਉਹ ਲੱਗ ਚੁੱਕਿਆ, ਫਸਲਾਂ ਜਿਹੜੀਆਂ ਉਹ ਪਾਣੀ ਵਿੱਚ ਡੁੱਬ ਚੁੱਕੀਆਂ। ਲੋਕਾਂ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਦੱਸਿਆ ਕਿ ਕਾਫੀ ਨੁਕਸਾਨ ਜਿਹੜਾ ਉਹਨਾਂ ਦਾ ਹੋ ਚੁੱਕਿਆ, ਕਿਉਂਕਿ ਝੋਨਾ ਜਿਹੜਾ ਲਗਾਇਆ ਜਾ ਚੁੱਕਿਆ ਸੀਗਾ, ਸਾਰੇ ਦਾ ਸਾਰਾ ਝੋਨਾ ਜਿਹੜਾ ਉਹ ਡੁੱਬ ਚੁੱਕਿਆ, ਇੱਥੋਂ ਤੱਕ ਕਿ ਪਸ਼ੂਆਂ ਨੂੰ ਪਾਉਣ ਵਾਲਾ ਹਰਾ ਚਾਰਾ ਵੀ ਜਿਹੜਾ ਉਹ ਨਹੀਂ ਬਚਿਆ, ਪੱਠੇ ਵੀ ਜਿਹੜੇ ਆ ਉਹ ਪਾਣੀ ਵਿੱਚ ਡੁੱਬ ਚੁੱਕੇ ਆ।